ਸੌਤੀ ਗ੍ਰਾਂਥੀ ਨੇ ਜਿਨ੍ਹਾਂ ਨੇ ਆਨੰਦ ਕਾਰਜ ਜਾਲੀ ਲੈਟਰ ਪੈਣਾ ਛਪਾ ਕੇ ਉੱਥੇ ਗੁਰਦੁਆਰਾ ਸਾਫਤ ਨਹੀਂ ਹਨ ਉਹਨੇ ਇਹ ਲੈਟਰ ਪੈਣਾ ਤਿਆਰ ਕਰਾ ਕੇ ਇੱਕ ਗੁਰਦੁਆਰਾ ਸਾਹਿਬ ਤੇ ਆਨੰਦ ਕਾਰਜ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੂਜੇ ਗੁਰਦੁਆਰਿਆਂ ਦੇ ਲੈਟਰ ਪੈਣਾ ਦੇ ਦਿੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਜੀ ਜਿਹੜੇ ਆਪਣੇ ਅਖੌਤੀ ਗ੍ਰੰਥੀ ਨੇ ਜਿਨ੍ਹਾਂ ਨੇ ਆਨੰਦ ਕਾਰਜ ਜਾਲੀ ਲੈਟਰ ਪੈਣਾ ਛਪਾ ਕੇ ਉੱਥੇ ਗੁਰਦੁਆਰਾ ਸਾਫਤ ਨਹੀਂ ਹਨ ਜਿੱਥੇ ਦੀਆਂ ਇਹ ਲੈਟਰ ਪੈਣਾ ਹਨ ਜਿਵੇਂ ਕਿ ਸੰਜੇ ਨਗਰ ਜੀਵਨ ਸਿੰਘ ਨਗਰ ਬਠਿੰਡੇ ਦੀਆਂ ਦੋ ਲੈਟਰ ਫੜਾ ਹਨ ਉਹ ਗ੍ਰੰਥੀਆਂ ਨੇ ਇੱਕ ਅਖੰਡ ਗ੍ਰੰਥੀ ਦਾ ਨਾਂ ਹੈ ਪ੍ਰਗਟ ਸਿੰਘ ਉਹਨੇ ਇਹ ਲੈਟਰ ਪੈਣਾ ਤਿਆਰ ਕਰਾ ਕੇ ਇੱਕ ਗੁਰਦੁਆਰਾ ਸਾਹਿਬ ਤੇ ਆਨੰਦ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੂਜੇ ਗੁਰਦੁਆਰੇ ਦੀਆਂ ਲੈਟਰ ਪੈਣਾ ਦੇ ਦਿੰਦਾ ਸੀ ਉੱਥੇ ਜਾ ਕੇ ਕਿਸੇ ਵੀ ਨਾ ਸਾਨੂੰ ਆ ਕੇ ਅੱਜ ਤਾਈਂ ਕਿਸੇ ਸਰਕਾਰ ਨੇ ਪੁੱਛਿਆ ਅੱਗੇ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਸੀ ਆਮ ਪਾਰਟੀ ਦੀ ਸਰਕਾਰ ਸੀ ਆਪ ਉੜਾਈ ਸੀ ਇਹਨਾਂ ਨੇ ਵੀ ਨਹੀਂ ਆ ਕੇ ਸਾਨੂੰ ਪੁੱਛਿਆ ਹੋਰ ਕਿਹੜੀਆਂ ਸਰਕਾਰਾਂ ਨੇ ਪੁੱਛਿਆ ਸਾਨੂੰ ਦੇਖੋ ਅਸੀਂ ਐਡਾ ਵੱਡਾ ਹੈ ਗਰੋਹ ਫੜਿਆ ਹਾਂ ਸਾਡੇ ਨਾਲ ਸਾਥ ਨਹੀਂ ਦੇ ਰਹੇ ਉਹਨਾਂ ਦਾ ਸਾਥ ਰਹੇ ਆ ਝੂਠੇ ਲੋਕਾਂ ਦਾ ਸੱਚਾਈ ਨੂੰ ਛਪਾ ਰਹੇ ਨੇ ਝੂਠ ਨੂੰ ਮੂਹਰੇ ਲਿਆ ਰਹੇ ਨੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਆ ਹਾਂਜੀ ਅਸੀਂ ਸਿੰਘ ਸਾਹਿਬਾਨਾਂ ਦੀ ਵੀ ਸਾਡੇ ਨਾਲ ਮੀਟਿੰਗ ਹੋ ਰਹੀ ਆ ਉਧਰ ਵੀ ਜਾਂਚ ਚੱਲ ਰਹੀ ਆ ਇਧਰ ਵੀ ਜਾਂਚ ਚੱਲੀ ਜਾਂਦੀ ਆ ਦੇਖੋ ਕੋਈ ਉਹਨਾਂ ਨੂੰ ਫੜ ਹੀ ਨਹੀਂ ਰਿਹਾ ਜੀ ਹਾਂਜੀ ਦਿੱਤੀ ਆ ਜੀ ਐਸ ਐਸ ਪੀ ਸਾਹਿਬ ਨੂੰ ਦਿੱਤੀ ਆ ਉਹਨਾਂ ਨੂੰ ਹੋ ਗਏ ਜੀ ਅੱਜ 6 ਤਰੀਕ ਦਿੱਤੀ ਆ ਆਹ ਦੇਖੋ ਡੀਸੀ ਨੂੰ ਮੈਮੋਰੈਂਡਮ ਦੇ ਰਹੇ ਅਸੀਂ ਅੱਜ ਵੀ ਜਿਵੇਂ ਲੈਟਰ ਪੈਣਾ ਜਾਲੀ ਸੀ ਉੱਥੇ ਗੁਰਦੁਆਰਾ ਸਾਹਿਬ ਨਹੀਂ ਹਨ ਗੁਰਦੁਆਰੇ ਦੀ ਆਨੰਦਕਾਰ ਕਿਤੇ ਹੋਰ ਕਰਦਾ ਗ੍ਰੰਥੀ ਲੈਟਰ ਪੈਣਾ ਹੋ ਗੁਰਦੁਆਰੇ ਦੀਆਂ ਦੇ ਦਿੰਦਾ ਸੀ ਸਾਡੇ ਨਾਲ ਜਾਂਚ ਕਰੀ ਸੀ ਉਹਨਾਂ ਨੇ ਸਹੀ ਚੱਲ ਰਹੀ ਆ ਇੱਥੇ ਅਸੀਂ ਜਿੰਨਾ ਚਿਰ ਸਾਨੂੰ ਕੋਈ ਇਹਦਾ ਦੱਸਦਾ ਨਹੀਂ ਜਿੰਨਾ ਚਿਰ ਸਾਰੇ ਕੋਈ ਡੀਸੀ ਸਾਹਿਬ ਆ ਕੇ ਨੁਮਾਇੰਦਾ ਨੇ ਸਾਨੂੰ ਉਹ ਕਰਦਾ ਨਹੀਂ ਅਸੀਂ ਕਾਹਦਾ ਭੁੱਖੜਤਾ ਦੇ ਪੱਕੇ ਹੀ ਬਹਿ ਜਾਣਾ ਇੱਥੇ ਮੈਂ ਪਰਿਵਾਰ ਲੈ ਕੇ ਆਪਦਾ ਨਾਲ ਸਾਡੀਆਂ ਜਥੇਬੰਦੀਆਂ ਆ ਰਹੀਆਂ ਹੋਰ ਜਥੇਬੰਦੀਆਂ ਬੜੀਆਂ ਆ ਰਹੀਆਂ ਸਿੱਖ ਜਨਤਿਆਂ ਨੂੰ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਧਰ ਸਾਹਮਣੇ ਆਓ ਹੋਰ ਵੀ ਇਹਦੇ ਵੱਡੇ ਵੱਡੇ ਖਾਸੇ ਹੋਣ ਦੀ ਉਮੀਦ ਆ ਇਹਨਾਂ 'ਚ ਬੜੇ 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 ਹਾਂਜੀ ਬੜੇ ਬੜੇ ਬੰਦੇ ਫਸਣਗੇ ਇਹਦੇ ਵਿੱਚ ਬੜੇ ਬੜੇ ਵਕੀਲ ਵੀ ਫਸਣਗੇ ਵਿੱਚ ਇਹਨਾਂ ਦੇ ਕਿਉਂਕਿ ਬਹੁਤ ਹੀ ਵੱਡਾ ਗਰੋਹ ਆ ਜੀ ਇਹ ਮੈਨੂੰ ਹੁਣੇ ਮੈਸੇਜ ਲੱਗਿਆ ਸੀ ਵੀ ਹੇਠਾਂ ਕੁਛ ਬੰਦਿਆਂ ਵੱਲੋਂ ਧਰਨਾ ਦਿੱਤਾ ਗਿਆ ਤੇ ਜੋ ਮੈਂ ਹੇਠਾਂ ਆ ਕੇ ਇਹਨਾਂ ਨੂੰ ਮਿਲਿਆ ਤੇ ਇਹਨਾਂ ਨੂੰ ਬੇਨਤੀ ਕਰੀਏ ਤੇ ਇਹਨਾਂ ਨੇ ਮੇਰੀ ਗੱਲ ਮੰਨੀ ਹੈ ਤੇ ਹੁਣ ਮੈਂ ਜਾ ਕੇ ਇਹਦੇ ਫੈਕਟਸ ਵਗੈਰਾ ਦੇਖਾਂਗਾ ਜੋ ਵੀ ਇਹਦਾ ਬਣਦਾ ਹੋਊ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਕੇ ਕਰਾਵਾਂਗੇ।